ਹੈ ਚੱਪਲਾਂ ਪਾਈਆਂ ਨੂੰ ਲੀੜਾ ਚੱਕ ਲਾ ਦੋ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਆ ਚਾ ਪੀ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਵਾਰੀ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਗੱਲ ਹੈਗੀ ਜੀ ਇੱਦਾਂ ਅੱਜ ਆਪਾਂ ਚੱਲੇ ਹਾਂ ਬਠਿੰਡੇ ਆਪਣੇ ਯਾਰ ਜੱਗੇ ਦੇ ਕੋਲ ਅਤੇ ਇੱਕ ਦੋ ਆਪਾਂ ਨੂੰ ਕੰਮ ਹੈਗੇ ਆ ਹੋਰ ਵਾਹ 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 ਕਿੰਨੀ ਗੱਲ ਵਧੀਆ ਬਣ ਗਈ ਨਾ ਅੱਜ ਆਪਾਂ ਚੱਲੇ ਹਾਂ ਆਪਣੇ ਯਾਰ ਜੱਗੇ ਦੇ ਕੋਲ ਇੱਕ ਦੋ ਕੰਮ ਹੈਗੇ ਆ ਹੋਰ ਹੈ ਨਾ ਅਤੇ ਜੋਜੀ ਜਾ ਰਹੇ ਆ ਰਾਏ ਜਾ ਰਹੇ ਆ ਲੁੱਡੋ ਕਿੰਗ ਅਤੇ ਮੈਂ ਅਤੇ ਮੰਮੀ ਚਾਰੇ ਜਾਣੇ ਸੋ ਬਣੇ ਰਹੋ ਸਾਡੇ ਵਲੌਗ ਦੇ ਵਿੱਚ ਆਸ ਅਤੇ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਅਤੇ ਮੰਮੀ ਜੀ ਵੀ ਨਾਲ ਜਾ ਰਹੇ ਸਤਿ ਸ਼੍ਰੀ ਅਕਾਲ ਬਾਦ ਮੰਮੀ ਸਾਰਿਆਂ ਨੂੰ ਓਕੇ ਓਕੇ ਹਾਜ਼ਰੀ ਲੱਗ ਗਈ ਸਾਰਿਆਂ ਦੀ ਹੁਣ ਆਪਾਂ ਵਲੌਗ ਸ਼ੁਰੂ ਕਰੀਏ ਰਾਤ ਦੇ ਘਰ ਮਾਮਾ ਜੀ ਆਏ ਹੋਏ ਨੇ ਅਤੇ ਮਾਮਾ ਜੀ ਆਏ ਹੋਏ ਨੇ ਉੱਧਰ ਮਾਮਾ ਜੀ ਨੇ ਜਿੱਥੇ ਆਪਾਂ ਗੱਡੀ ਲਾਈ ਸੀ ਉੱਥੇ ਘਰ ਮਾਮਾ ਜੀ ਦੀ ਗੱਡੀ ਲੱਗੀ ਸੀ ਅਤੇ ਆਪਾਂ ਗੱਡੀ ਬਾਹਰ ਲਾਤੀ ਸੀ ਅਤੇ ਆਪਾਂ ਚਲੀਏ ਹੁਣ ਆਪਾਂ ਚਲੀਏ ਲੇਟ ਬਹੁਤ ਹੋ ਚੁੱਕੇ ਹਾਂ ਅਤੇ ਸਮਾਂ ਹੋ ਚੁੱਕਾ ਤਕਰੀਬਨ 6:30 ਸਵੇਰ ਦੇ ਅਤੇ ਹਾਲ ਇੱਧਰ ਬੈਠੀ ਰਾਤ ਇਹਦਾ ਨਾ ਉਹ ਸੰਗਲ ਜਿਹਾ ਲਾਤਾ ਸੀ ਅੰਦਰ ਖੁੱਲ੍ਹੀ ਫਿਰੀ ਜਾਂਦੀ ਸੀ ਵਧੀਆ ਸੀ ਨਹੀਂ ਤਾਂ ਗਰਮੀ ਦੇ ਵਿੱਚ ਫਿਰ ਨਾ ਭੌਂਕਦੀ ਰਹਿੰਦੀ ਆ ਖੁੱਲ੍ਹੀ ਛੱਡ ਦਿਉ ਵਧੀਆ ਸਾਤਾ ਵਾ ਜੋ ਤਾਜ਼ਾ ਗੱਡੀ ਆਪਾਂ ਕੱਢ ਲਈ ਆ ਬਾਹਰ ਅਤੇ ਧੁੱਪ ਵਾਹਵਾ ਹੋ ਜਾਂਦੀ ਯਾਰ ਸਵੇਰੇ ਸਮਾਂ ਤਾਂ ਹਜੇ 6:34 ਹੋਏ ਨੈੱਟ ਅਤੇ ਹੁਣ ਗਰਮੀਆਂ ਦਿਨਾਂ ਦੇ ਵਿੱਚ ਧੁੱਪ ਜਿਹੜੀ ਕੀ ਆ ਉਹ ਸਵੇਰੇ ਚੜ੍ਹ ਜਾਂਦੀ ਆ ਬਾਕੀ ਗਰਮੀ ਵੀ ਪੈਣੀ ਚਾਹੀਦੀ ਅਤੇ ਸਰਦੀ ਵੀ ਪੈਣੀ ਚਾਹੀਦੀ ਇੱਧਰ ਮਾੜਾ ਸ਼ੀਸ਼ਾ ਸੈੱਟ ਕਰ ਲਿਆ ਜਾਵੇ ਉਸਕੇ ਬਾਅਦ ਮੈਂ ਗਾੜੀ ਆ ਕੇ ਨਿਕਲ ਜਾਏਗੀ ਉੱਧਰ ਮਾਮਾ ਜੀ ਗੱਡੀ ਕੱਢ ਰਹੇ ਆ ਅਤੇ ਦੋ ਜਵਾ ਸੂਰਮੇ ਨਾਲ ਕਢਵਾ ਰਹੇ ਆ ਅਤੇ ਮੰਮੀ ਹੁਣਾਂ ਨੇ ਸਵੇਰੇ 3:00 ਦਾ ਸਾਨੂੰ ਉਠਾ ਲਿਆ ਵਾ ਉੱਠੋ 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 ਤੁਸੀਂ ਲੇਟ ਕਰਤਾ ਮੈਂ ਕਿਹਾ ਬਈ ਭਰਾਵਾ ਤੁਹਾਨੂੰ ਮੈਂ ਪਹੁੰਚਾ ਦੇਣਾ ਵਾ ਅਤੇ ਟੈਨਸ਼ਨ ਕਦੋਂ ਲੈਂਦੇ ਹਾਂ ਨਾ 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 ਉਹਨਾਂ ਨੂੰ ਮਤਲਬ ਹੈਗਾ ਸਵੇਰੇ ਟਾਈਮ ਸਿਰ ਠਾਲਣ ਦੇ ਨਾਲ ਉਹਨਾਂ ਨੂੰ ਮਤਲਬ ਇਹ ਨਹੀਂ ਆ ਤੁਸੀਂ ਟਾਈਮ ਸਿਰ ਪਹੁੰਚਣਾ ਅਤੇ ਟਾਈਮ ਸਿਰ ਘਰੇ ਆਉਣਾ ਵਾ ਨਾ 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 ਇਹ ਟਾਈਮ ਸਿਰ ਉੱਠ ਜਾਣ ਬਸ ਖੈਰ ਆਪਾਂ ਉੱਠ ਗਏ ਸੀਗੇ ਮੈਂ ਵੇਖਦਾ ਸੀ ਸੌਦਾ ਪੱਤਾ ਵੀ ਆਪਣੇ ਕੋਲ ਸਮਾਨ ਪੂਰਾ ਵਾ ਯਾਰ ਕੱਲ੍ਹ ਮੈਂ ਐਵੇਂ ਲੀਡ ਲੈ ਲਈ ਓਹੋ ਚੱਕਰ ਪੈ ਰਿਹਾ ਕੱਲ੍ਹ ਮੈਂ ਯਾਰ ਲੀਡ ਖਰੀਦ ਲਈ 200-250 ਰੁਪਈਏ ਦੀ ਓ ਇਹਨਾਂ ਨੇ ਗੱਡੀ ਲਗਵਾਉਣੀ ਆ ਮਾਮੇ ਦੀ ਨਾਲ ਆਹ ਜਾਂ ਤਾਂ ਮਾਮੇ ਦੀ ਗੱਡੀ ਕਢਾ ਦੇਣਗੇ ਜਾਂ ਲਾ ਦੇਣਗੇ ਬਸ ਦੋ ਹੀ ਕੰਮ ਕਰਨਗੇ ਪੱਕਾ ਚਲੋ ਜੀ ਆਪਾਂ ਫਿਲਹਾਲ ਕੋਟਕਪੂਰੇ ਦੇ ਨੇੜੇ ਪਹੁੰਚ ਚੁੱਕੇ ਹਾਂ ਗੱਲ ਹੈਗੀ ਇੱਦਾਂ ਕਿ ਲੁੱਡੋ ਕਿੰਗ ਨੇ ਅੱਗੇ ਬਹਿਣ ਦੀ ਜਿੱਦ ਕੀਤੀ ਸੀਗੀ ਅਤੇ ਕਾਲੀਆਂ ਐਨਕਾਂ ਲਾਉਣ ਦਾ ਰਾਜ ਇਹ ਨਹੀਂ ਗਾ ਵੀ ਆਪਾਂ ਸੋਹਣੇ ਦਿਸਣਾ ਵਾ ਕਾਲੀਆਂ ਐਨਕਾਂ ਲਾਉਣ ਦਾ ਰਾਜ ਇਹ ਆ ਜੋ ਆਪਾਂ ਨੂੰ ਨੀਂਦ ਆਉਂਦੀ ਆ ਕਿਸੇ ਨੂੰ ਪਤਾ ਨਾ ਲੱਗ ਸਕੇ ਮੈਂ ਅੱਖਾਂ ਮੀਚਦਾ ਪਿਆ ਹਾਂ ਇਹ ਬਿਜਲੀ ਵਾਲੀ ਗੱਲ ਆ ਇੱਥੇ ਚੌਣ ਜਾਬਦਾ ਲੱਗਾ ਪਿਆ ਆ ਅਤੇ ਸਖਤਾਈ ਬਹੁਤ ਆ ਮੈਂ ਗੱਲ ਹੀ ਕਰਦਾ ਪਿਆ ਸੀਗਾ ਪੁਲਿਸ ਵਾਲਿਆਂ ਰੋਕ ਲਿਆ ਸੀ ਮਾੜਾ ਜਿਹਾ ਚੋਣ ਜਾਬਦਾ ਲੱਗਾ ਨਾ ਉਹਦੇ ਕਰਕੇ ਚੈਕਿੰਗ ਬਹੁਤ ਚੱਲਣ ਦੀ ਆ ਮੈਂ ਗੱਲ ਕਰਦਾ ਲੁੱਡੋ ਕਿੰਗ ਦੀ ਲੁੱਡੋ ਕਿੰਗ ਜੀ ਨੇ ਇਸ ਕਰਕੇ ਨਹੀਂ ਐਨਕਾਂ ਲਾਈਆਂ ਵੀ ਇਹ ਸੋਹਣੇ ਲੱਗਣ ਇਹਨਾਂ ਨੇ ਇਸ ਕਰਕੇ ਐਨਕਾਂ ਲਾਈਆਂ ਆ ਵੀ ਜਦੋਂ ਇਹ ਆਪਣੀ ਅੱਖਾਂ ਨੂੰ ਮੀਚਣ ਤਾਂ ਕਿਸੇ ਨੂੰ ਪਤਾ ਨਾ ਲੱਗੇ ਅੱਗੇ ਬੈਠਣ ਦੇ ਸ਼ੌਂਕੀ ਨੇ ਹੁਣ ਇਹ ਹਸਤਾ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਬਈ ਕੋਈ ਗੜਬੜਿਆ ਮੇਰੀ ਗੱਲਾਂ ਬਾਤਾਂ ਦੇ ਵਿੱਚ ਅਤੇ ਗੱਲ ਇੱਦਾਂ ਵਾ ਵੀ ਇਸ ਵੇਲੇ ਯਾਰ ਬਠਿੰਡਾ ਮੇਰੇ ਹਿਸਾਬ ਨਾਲ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਤੁਹਾਨੂੰ ਦੇਖਦਾ ਹੋਣਾ ਵਾ ਅਤੇ ਕਿੰਨਾ ਜੋ 60 ਕਿਲੋਮੀਟਰ ਰਹਿ ਚੁੱਕਿਆ ਵਾ ਬਠਿੰਡਾ
ਤੇ ਰੋਡ ਬਹੁਤ ਆਲੀਸ਼ਾਨ ਆ, ਸੀਮੈਂਟ ਵਾਲੀ ਸੜਕ ਆ। ਤੇ ਇੱਕ ਦੋ ਵਾਰੀ ਪਹਿਲਾਂ ਮੈਂ ਆਇਆ ਬਠਿੰਡੇ, ਉੱਦਾਂ ਤਾਂ ਆਪਣੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਇੱਧਰ, ਮਤਲਬ ਜੱਗੇ ਕਰਕੇ ਹੀ ਆਈਦਾ ਵਾ। ਤੇ ਅੱਜ ਆਪਾਂ ਸਬੱਬੀ ਫੇਰ ਜਾ ਰਹੇ ਹਾਂ, ਜਾਣਾ ਸੀਗਾ ਕੱਲ੍ਹ, ਪਰ ਕੱਲ੍ਹ ਮੈਂ ਚਲਾ ਗਿਆ ਪਟਿਆਲੇ, ਅਤੇ ਅੱਜ ਆਪਾਂ ਚੱਲੇ ਬਠਿੰਡੇ, ਅਤੇ ਕੱਲ੍ਹ ਦਾ ਨਾਗਾ ਪਾ ਕੇ ਫੇਰ ਕਿਤੇ ਜਾਣਾ ਵਾ। ਆਹ ਹਫ਼ਤਾ ਆਪਾਂ ਆਈ ਚਲਾਈ 'ਚ ਬਹੁਤ ਜ਼ਿਆਦਾ ਬਿਜ਼ੀ ਹਾਂ। ਅਤੇ ਹਾਂ ਮੁਕਤਸਰ ਜਾਣਾ ਵਾ, ਮੁਕਤਸਰ ਵੀ ਜਾਣਾ ਆ, ਮੈਂ ਦੱਸਿਆ ਉਹਨਾਂ ਨੂੰ। ਅਤੇ ਠੀਕ ਆ ਜੀ, ਟੂ ਵੀ ਕੰਟੀਨਿਊ। ਚਲੋ ਜੀ, ਆਪਾਂ ਪਹੁੰਚ ਚੁੱਕੇ ਹਾਂ ਇਸ ਵੇਲੇ ਬਠਿੰਡੇ, ਇਹਦੇ ਸਾਹਮਣੇ ਥਰਮਲ ਪਲਾਂਟ ਆ ਗਿਆ। ਜਦੋਂ ਆ ਜਾਣ ਸਮਝ ਲਓ ਵੀ ਬਠਿੰਡਾ ਆ ਚੁੱਕੇ ਹਾਂ। ਅਤੇ ਆਪਣੇ ਘਰ ਤੋਂ ਯਾਰ ਮੇਰੇ ਹਿਸਾਬ ਨਾਲ 30-40 ਕਿਲੋਮੀਟਰ ਦੂਰ ਆਪਾਂ ਮਾਲਵੇ ਦੀ ਬੈਲਟ ਵਿੱਚ ਵੜ ਜਾਂਦੇ ਹਾਂ। ਅਤੇ ਮਾਲਵੇ ਵਾਲਿਆਂ ਦੀ ਖਾਸੀਅਤ ਆ ਬਈ ਬਾਈ ਬਾਈ, ਜਿੱਦਾਂ ਆਪਾਂ ਕਹਿੰਦੇ ਹਾਂ ਭਾਜੀ, ਇੱਧਰ ਬਾਈ, ਮਾਝੇ 'ਚ ਵੀਰਾ ਕਹਿ ਦਿੰਦੇ ਨਾ ਜੋ, ਤਾਂ ਉਹ ਜ਼ਿਆਦਾ ਵੀਰਾ ਕਹਿੰਦੇ ਆ। ਅਤੇ ਬਾਕੀ ਜੱਗੇ ਤੋਂ ਕਈ ਵਰਡਸ ਹੈਗੇ ਜਿਹੜੇ ਮੈਂ ਸਿੱਖੇ ਸੀਗੇ ਮਾਲਵਾ ਭਾਸ਼ਾ ਦੇ ਵਿੱਚ। ਅਤੇ ਇੱਕ ਨੰਬਰ 'ਚ ਮਾਹੌਲ, ਬਾਦਲ ਸਾਹਿਬ ਨੇ 'ਚ ਦੱਬ ਕੇ ਪੈਸਾ ਲਾਇਆ ਆ, ਅਤੇ ਜਿੰਨਾ ਅਸੀਂ ਰੀਲਾਂ 'ਚ ਬਾਦਲ ਸਾਹਿਬ ਨੂੰ ਨਿੰਦਿਆ ਨਾ, ਓਨੀ ਇੱਥੇ ਆਪਾਂ ਉਹਨਾਂ ਦੀ ਤਾਰੀਫ ਕਰਾਂਗੇ ਕਿ ਬਠਿੰਡੇ ਵਿੱਚ ਖੂਬ ਸਾਰਾ ਪੈਸਾ ਲਾਇਆ। ਮੈਂ ਪਿਛਲਾ ਸ਼ਾਟ ਲਿਆ ਵਾ ਅਤੇ 5 ਮਿੰਟ ਵੀਡੀਓ ਚੱਲੀ ਜਾਂਦੀ ਪਈ ਆ, 5-6 ਮਿੰਟ ਹੋ ਗਏ ਸੀਗੇ। ਆਈਫੋਨ ਫੜ ਲਿਆ ਮੇਰੇ ਕੋਲ, ਮੈਂ ਬੇਇੱਜ਼ਤੀ ਕਰੂੰਗਾ, ਤੂੰ ਕੱਟ ਦੇ ਐਸ ਕੀ ਵੀਡੀਓ, ਮੈਂ ਐਡਿਟ ਕਰੂੰਗਾ ਵੀਡੀਓ, ਐਸ ਕੀ ਮੈਂ ਐਡਿਟ ਕਰੂੰਗਾ, ਤੂੰ ਕੋਈ ਗੱਲ ਨਹੀਂ। ਮੈਂ ਕੱਟਿਆ ਸੀ ਆਪਣਾ ਸ਼ਾਟ ਜਦੋਂ ਤੂੰ ਮੇਰਾ ਵੀਡੀਓ ਸ਼ੂਟ ਕੀਤੀ, ਜਦੋਂ ਮੈਂ ਮੈਕਡੋਨਲਡ 'ਚ ਬੈਠਾ ਸੀਗਾ, ਉਹ ਖਾਂਦਾ ਸੀ ਫਰਾਈਆਂ। ਤੂੰ ਪਾਇਆ ਨਾ ਵਿੱਚ? ਨਹੀਂ ਪਾਇਆ, ਨਹੀਂ ਪਾਇਆ ਤੂੰ? ਕੋਈ ਨਾ, ਵੇਖਦਾ ਵਲੋਗ, ਮੈਂ ਆਪਣੇ ਵਲੋਗ ਨਹੀਂ ਨਾ ਵੇਖਦਾ, ਚੱਕਰ ਇਹ ਆ। ਅੱਜ ਤੋਂ ਕੋਈ 4 ਸਾਲ ਪਹਿਲਾਂ ਯਾਰ ਮੈਂ ਆਇਆ ਸੀ ਇੱਥੇ। ਹਾਂ ਪਾਇਆ ਨਾ ਇਹਨੇ ਸ਼ਾਟ, ਮੰਮੀ ਸ਼ਾਟ ਪਾਇਆ ਨਾ ਇਹਨੇ ਮੇਰਾ, ਇਹ ਸ਼ਾਟ ਪਊਗਾ, ਫਿਰ ਪਊਗਾ, ਫਿਰ ਪਊਗਾ। ਬੱਲੂਆਣਾ ਆ ਚੁੱਕਾ ਵਾ, ਸ਼ਾਇਦ ਬੋਰਡ ਚ ਦਿਸਿਆ ਕਿ ਨਹੀਂ, ਆਪਣੇ ਦੋਸਤ ਦਾ ਪਿੰਡ ਹੈਗਾ ਆ ਬੱਲੂਆਣਾ, ਇੱਧਰ ਨਾਲ ਹੀ ਗੋਨਿਆਣਾ, ਫਿਰ ਮੁਕਤਸਰ ਸਾਹਿਬ ਇੱਥੋਂ ਹੈਗਾ ਵਾ 46 ਕਿਲੋਮੀਟਰ। ਤੇ ਆਹੋ ਮੈਂ ਪਿੱਛੇ ਲੰਘ ਆਏ ਆਪਾਂ, ਉਹ ਪਿੱਛੇ ਜਦੋਂ ਮੈਂ ਛੋਟਿਆ ਸੀ ਜਾਇਆ ਸੀ ਨਾ, ਉਹ ਤਾਂ ਜਮਾ ਹੀ ਐ ਲੱਗਦਾ ਸੀਗਾ ਵੀ ਪਤਾ ਨੀ ਕਿਹੜੀ ਪਗਡੰਡੀ ਜੀ ਤੇ ਲਈ ਜਾਂਦਾ ਵਾ। ਡਰਾਈਵਰ ਵੀ ਘੈਂਟ ਸੀ ਨਾ ਫਿਰ ਤੇਰਾ ਉਦੋਂ, ਸਮਝਿਆ ਕਰੋ ਫਿਰ। ਉਦੋਂ ਮੈਂ ਛੋਟੇ ਹਾਥੀ ਚ ਅੰਕਲ ਨਾਲ ਆ ਗਿਆ, ਗੁਰੂ ਆ ਛੋਟਾ ਹਾਥੀ ਜਾਂਦੇ ਵਕਤ 50 ਦੀ ਸਪੀਡ ਤੇ, ਆਉਂਦੇ ਵਕਤ 40 ਦੀ ਸਪੀਡ ਤੇ। ਦੇਤਾ ਨੀ ਤੈਨੂੰ ਜੱਗੇ ਦਾ ਪਿੰਡ ਬਲੂਆਣਾ ਪਹਿਲੇ ਐਸਾ ਨਹੀਂ ਥਾ, ਜਾਂ ਤੋ ਇਨਕੇ ਸਰਪੰਚ ਨੇ ਇਨਕੋ ਗ੍ਰਾਂਟ ਦੇਣਾ ਸ਼ੁਰੂ ਕਰ ਦਿਆ ਹੈ,
ਔਰ ਜਾਂ ਫਿਰ ਕਿਸੇ ਨੇ ਦਾਨ ਪੁੰਨ ਕੀਤਾ ਹੈ। ਨਹੀਂ, ਗ੍ਰਾਂਟ ਵਾਲੀ ਗੱਲ ਗਲਤ ਲੱਗੀ ਮੈਨੂੰ, ਦਾਨ ਪੁੰਨ ਨਹੀਂ ਕੀਤਾ ਹੋਣਾ ਕਿਸੇ ਨੇ। ਸਾਹਮਣੇ ਖੜਾ ਪੁਰਾਣਾ ਟਰੈਕਟਰ ਇੱਕ ਲੁੱਡੋ ਕਿੰਗ ਕਾਲੀਆਂ ਐਨਕਾਂ ਵਿਦ ਜੋਕਰ ਉਤਰਿਆ ਕਹਾਣੀ ਲਾਈ ਜੋਕਰ ਜੋਕਰ ਉਤਰਿਆ ਇਹਨੇ ਕਹਾਣੀ ਲਾਈਆਂ ਚੱਲ ਉੱਧਰ ਵਾੜੇ ਐਨ ਕਹਾਣੀ ਲਾਉਣੀ ਆ ਲੁੱਡੋ ਕਿੰਗ ਲੁੱਡੋ ਕਿੰਗ ਚਲੋ ਜੀ ਇੱਧਰ ਮਾਤਾ ਹੋਣੀ ਅਤੇ ਜੋਤ ਹੋਣੀ ਵੇਖ ਰਹੇ ਐਲਬਮ ਦੀਦੇ ਵਿਆਹ ਦੀ ਅਤੇ ਜੱਗੇ ਦੇ ਮੰਗਣੇ ਦੀ ਜੱਗਾ ਆਪਣਾ ਮੰਗਿਆ ਗਿਆ ਜੀ ਅਤੇ ਹੁਣ ਇਮਾਨਤ ਸਾਡੀ ਨਹੀਂ ਰਹੀ ਕਿਸੇ ਹੋਰ ਦੀ ਹੋ ਗਈ ਆ ਲਓ ਜੀ ਜੱਗਾ ਜੀ ਤਿਆਰ ਹੋ ਚੁੱਕੇ ਸਤਿ ਸ਼੍ਰੀ ਅਕਾਲ ਜੱਗੇ ਕੀ ਕਹਿਣਾ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਕੁਛ ਨਹੀਂ ਬਸ ਐਨਕਾਂ ਲਾ ਕੇ ਸਾਰੀ ਗੈਂਗ ਤਿਆਰ ਹੋ ਚੁੱਕੀ ਆ ਆਹ ਤਾਂ ਇੱਧਰ ਆਹ ਤਾਂ ਅੱਖਾਂ ਨਹੀਂ ਬਣਵਾਈਆਂ ਹੁੰਦੀਆਂ ਸੋਹਣਾ ਲੱਗਦਾ ਅੱਛਾ ਅੱਛਾ ਸਾਰੀ ਆਏ ਲੁੱਡੋ ਕਿੰਗ ਦੇਖੋ ਜੀ ਤੁਹਾਨੂੰ ਮੈਂ ਪੂਰਾ ਰਿਵਿਊ ਦੇਣ ਲੱਗਾ ਮੁੰਡੇ ਦਾ ਤੁਸੀਂ ਧਿਆਨ ਨਾਲ ਦੇਖਿਓ ਚਲੀਏ ਇੱਧਰ ਅੱਜ ਜੱਗੇ ਨੇ ਵੀ ਐਨਕਾਂ ਸਵੇਰੇ ਕੱਢ ਕੇ ਰੱਖੀਆਂ ਸੀ ਵੀ ਅੱਜ ਲਾਊਂਗਾ ਜੱਗੇ ਇੱਧਰ ਕਰ ਮੂੰਹ ਇੱਧਰ ਯਾਰ ਇੱਧਰ ਜਦੋਂ ਦੀਦ ਦਾ ਵਿਆਹ ਸੀ ਨਾ ਉਦੋਂ ਆਹ ਕੱਚਾ ਸੀ ਨਾ ਜਗ੍ਹਾ ਨਾਲੇ ਆਹ ਟਾਲਾਂ ਲੱਗੀਆਂ ਸੀ ਅਤੇ ਪਿੱਛੇ ਇਹਨਾਂ ਦੇ ਆਹ ਜਗ੍ਹਾ ਹੈ ਨਹੀਂ ਸੀ ਅਤੇ ਹੁਣ ਇਹਨਾਂ ਜੱਗੇ ਹੋਣਾਂ ਨੇ ਆਹ ਕੰਮ ਪੱਕਾ ਕਰ ਲਿਆ ਹੈ ਨਾ ਜੱਗੇ ਸਾਰਾ ਹੀ ਆਹ ਦਰਖਤ ਉਦੋਂ ਵੀ ਸੀਗਾ ਅਤੇ ਆਹ ਆਹ ਤੂੰ ਆਹ ਤੇਰਾ ਨਾ ਹੋਏ ਆਹ ਆਹ ਲੈਬਰਾਂ ਨਾ ਉਹ ਆਹ ਉਹੀ ਨਹੀਂ ਲੈਬਰਾਂ ਜਿਹੜਾ ਤੂੰ ਲੈ ਕੇ ਆਇਆ ਸੀ ਬੱਚਾ ਅੱਛਾ ਸਹੀ ਆ ਇਹਦੀ ਅੱਖ ਹੈ ਨਹੀਂ ਇੱਕ ਆਖੀ ਹੈ ਨਹੀਂ ਗੀ ਵਧੀਆ ਜੱਗੇ ਕੋਲ ਪਹਿਲਾਂ ਵੀ ਕੁੱਤਾ ਸੀਗਾ ਚੌਪੜਾ ਦਾ ਕਰਦਾ ਯਾਰ ਮੈਨੂੰ ਵਲੌਗ ਬਣਾ ਲੈਂਦੇ ਜੱਗੇ ਕੋਲ ਪਹਿਲਾਂ ਵੀ ਕੁੱਤਾ ਸੀ ਜੱਗੇ ਓਏ ਉਹ ਚ ਡੀਜ਼ਲ ਆ ਉਹ ਚ ਡੀਜ਼ਲ ਆ ਜੱਗੇ ਨੇ ਆਰਡਰ ਦਿੱਤਾ ਉਧਰ ਆਰਡਰਾਂ ਉੱਤੇ ਕੰਮ ਹੋਣ ਲੱਗ ਪਿਆ ਕਹਿੰਦਾ ਕੰਮ ਚੱਕ ਕੇ ਆ ਬਾਈ ਜਿੰਮੇਵਾਰਾਂ ਦਾ ਐਂ ਹੀ ਹੁੰਦਾ ਵਾ ਅਸੀਂ ਏਸੀ 'ਚ ਬੈਠੇ ਰਹਿੰਦੇ ਹਾਂ ਸਾਰਾ ਦਿਨ ਹੈ ਸਹੀ ਕਿ ਨਹੀਂ ਨਹੀਂ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਾਈ ਇਹ ਹੈਗੀ ਆ ਇਤਿਹਾਸਕ ਬਲੈਰੋ ਇਹ ਇਤਿਹਾਸਕ ਬਲੈਰੋ ਇੱਦਾਂ ਵਾ ਇਹਦੇ ਪਹਿਲਾਂ ਟਾਇਰਾਂ ਨੂੰ ਨਾ ਇੱਥੇ ਇਹਨਾਂ ਨੇ ਫੈਬਰ ਲਵਾਈ ਹੁੰਦੀ ਸੀ ਹਾਂ ਅੱਗੇ ਫੈਬਰ ਲਵਾਈ ਹੁੰਦੀ ਸੀਗੀ ਵੀ ਚਿੱਕੜ ਚੁੱਕੜ ਪਵੇ ਅਤੇ ਗੱਡੀ ਗੰਦੀ ਨਾ ਹੋਵੇ ਸਹੀ ਆ ਹੈਗੀ ਆ ਸੋਹਣਾ ਬਣਾ ਲਿਆ ਯਾਰ ਇਹਨਾਂ ਨੇ ਅਤੇ ਜੱਗੇ ਪਿੰਡ ਦੀ ਵੋਟ ਕਿੰਨੀ ਭਲਾ 3500 ਮੈਂ 4000 ਕਹਿੰਦਾ ਸੀ ਨਾ 3500 ਵੋਟ ਆ ਬਾਈ ਇਹਨਾਂ ਦੇ ਪਿੰਡ ਦੀ ਅਤੇ ਜੱਗਾ ਪਹਿਲਾਂ ਆਪਣੇ ਨਾਲ ਉੱਥੇ ਪੜਿਆ ਵਾ ਕਪੂਰਥਲੇ ਇਹਨਾਂ ਦਾ ਜੱਦੀ ਪਿੰਡ ਆ ਇਹ ਬਾਅਦ ਵਿੱਚ ਪਲੱਸ ਟੂ ਤੋਂ ਬਾਅਦ 'ਚ ਇੱਥੇ ਆ ਗਿਆ ਫਿਰ ਇਹ ਪੰਜਾਬ ਪੁਲਿਸ 'ਚ ਹੋ ਗਿਆ
ਉਹ ਕਿੰਨੂਆਂ ਅੰਗੂਰ ਜਾਮਣ ਇਹ ਤੁਹਾਡਾ ਹੀ ਆ ਸਾਰਾ ਆ ਬਈ ਦਰਖਤਾਂ ਦੇ ਪਿੱਛੇ ਜੇ ਨਾ ਓਏ ਆ ਪਟਰੀ ਤੇ ਟ੍ਰੇਨ ਲੰਘਦੀ ਇੱਥੋਂ ਜੀ ਪਤਾ ਨਹੀਂ ਕੀ ਉਹਨੂੰ ਕਹਿੰਦੇ ਗਲ ਗਲ ਨੂੰ ਸੰਤਰਾ ਸਮਝਣ ਲੱਗ ਗਿਆ ਸੀਗਾ ਸ਼ਹਿਰ ਗਏ ਸੀ ਆਪਾਂ ਇਦੋਂ ਪਤਾ ਨਹੀਂ ਕੀ ਕਹੀ ਜਾਂਦਾ ਕੋਲੇ ਦਾ ਸਾਲਾ ਪਕਾਈ ਮਾਨ ਓਏ ਸ਼ਹਿਰ ਨਹੀਂ ਸੀ ਯਾਰ ਮੈਨੂੰ ਤੇ ਘਰੇ ਗਈ ਸੀ ਆਪਾਂ ਜਦੋਂ ਹਾਂ ਸ਼ਹਿਰ ਹੀ ਉਦੋਂ ਆਪਾਂ ਆ ਸੁਹਾਗਾ ਵਾ ਆ ਸੁਹਾਗਾ ਵਾ ਤੁਹਾਡਾ ਗੱਲ ਸੱਚੀ ਆ ਪਕਾਈ ਨਹੀਂ ਮਾਰਦਾ ਇਹਨੂੰ ਯਾਰ ਇਹਨੂੰ ਸੰਸਕਾਰ ਕਰ ਦੋ ਇਹਦਾ ਸੰਸਕਾਰ ਨਹੀਂ ਬਸ ਮਾੜਾ ਮੋਟਾ ਕਦੇ ਜਿਹੜਾ ਕਿ ਮੰਗਣਾ ਆਵੇ ਉਹਨੂੰ ਇਹਦਾ ਹੀ ਦਾ ਅੱਛਾ 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 ਇਦਾਂ ਮੰਗਣ ਮੰਗਣ ਤੁਰੇ ਜਾਂਦੇ ਲੋਕੀ ਕਦੀ ਸਹੀ ਬਾਈ ਜਿਹੜਾ ਵੀ ਇਹਨਾਂ ਦੇ ਪਿੰਡ ਤੋਂ ਕੋਈ ਵਲੌਗ ਦੇਖਦਾ ਹੋਵੇ ਯਾਰ ਇਹਨਾਂ ਤੋਂ ਸੰਦ ਸੁੰਦ ਨਾ ਮੰਗਿਆ ਕਰੋ ਇਹ ਤੰਗ ਨੇ ਯਾਰ ਕਿਹੜਾ ਇਹ ਲੋਹੇ ਦਾ ਵਾ ਕਿ ਇਹ ਵੀ ਲੱਕੜ ਦਾ ਹੀ ਆ ਸਹੀ ਹੈ ਸਹੀ ਹੈ ਸਹੀ ਹੈ ਚਲੀਏ ਆ ਟਰਾਲੀ ਨਵੀਂ ਬਣਵਾਈ ਆ ਸਹੀ ਆ ਚਲੋ ਚਲੋ ਚਲੀਏ ਤੇ ਲਓ ਜੀ ਵਾਹਵਾ ਦੇਰ ਦੇ ਆ ਕੇ ਬੈਠੇ ਹੋਏ ਹਾਂ ਅਤੇ ਇੱਧਰ ਆਪਣਾ ਚੱਲਣ ਦਿਆ ਵਲੌਗ ਲਾਸਟ ਵਾਲਾ ਅਪਲੋਡ ਕਰਕੇ ਹਟੇ ਸੀਗੇ ਇਹ ਹੈਗੇ ਆ ਬੀ ਟੀ ਐੱਸ ਬਿਹਾਈਂਡ ਦਾ ਸੀਨ ਜਿਹੜੇ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਕਿ ਉਹਨੂੰ ਕਹਿੰਦੇ ਆ ਘਰ ਕਲੇਸ਼ ਐਪੀਸੋਡ ਨੰਬਰ 2 ਅਤੇ ਸਾਰੇ ਜਣੇ ਬੈਠੇ ਹੋਏ ਨੇ ਸਾਹਮਣੇ ਭਾਅ ਜੀ ਜਸ਼ਨ ਭਾਅ ਜੀ ਸਤਿ ਸ਼੍ਰੀ ਅਕਾਲ ਲਾ ਦਿਓ ਅਤੇ ਆਪਣਾ ਭਾਈ ਨਾਲ ਬਹੁਤ ਪਿਆਰ ਆ ਅਤੇ ਇਹ ਬ੍ਰਦਰ ਇਨ ਲਾਅ ਜਗਮੀਤ ਭਾਈ ਅਤੇ ਸਾਡੇ ਵੀ ਗੱਲ ਇੱਦਾਂ ਵਾ ਸਮੋਸੇ ਖਾ ਲਏ ਆ ਪਕੌੜੇ ਖਾ ਲਏ ਆ ਅਤੇ ਥੋੜ੍ਹੀ ਜਿਹੀ ਨੀਂਦ ਲਾ ਲਈ ਆ ਅਤੇ ਆਹ ਗੁੜੀਆ ਵਾ ਰਬਾਬ ਉੱਧਰ ਜੋਤ ਕਰਨ ਦਿਆ ਵਾ ਥੋੜ੍ਹਾ ਜਿਹਾ ਕੰਮ ਅਤੇ ਹੁਣ ਆਪਾਂ ਚਲੀਏ ਟਾਈਮ ਹੋ ਚੁੱਕਾ ਵਾ ਤਕਰੀਬਨ 2:30 ਵੱਜ ਚੁੱਕੇ ਆ ਹੁਣ ਆਪਾਂ ਜਾ ਕੇ ਹਜੇ ਦਰਸ਼ਨ ਵੀ ਕਰਨੇ ਅਤੇ ਘਰੇ ਵਾਪਸ ਮੁੜਨਾ ਬਣੇ ਰਹੋ ਵਲੌਗ ਦੇ ਵਿੱਚ ਅਤੇ ਲਓ ਜੀ ਆਪਾਂ ਪਹੁੰਚ ਗਏ ਹਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜੋੜਾ ਘਰ ਪਹਿਲਾਂ ਜੋੜੇ ਉਤਾਰ ਦਈਏ ਫਿਰ ਤੁਹਾਨੂੰ ਅੰਦਰ ਵੀ ਦਿਖਾਉਂਦੇ ਹਾਂ ਸਾਹਮਣੇ ਸਰੋਵਰ ਆ ਇਹ ਤੁਸੀਂ ਦੇਖ ਲਿਆ ਹੋਣਾ ਹੁਣ ਜੋੜੇ ਇੱਥੇ ਜਮ੍ਹਾਂ ਕਰਾ ਦਈਏ ਪਹਿਲਾਂ ਆਪਾਂ ਚਲੋ ਜੀ ਆਪਾਂ ਪਹੁੰਚ ਗਏ ਹਾਂ ਗੁਰੂ ਘਰੇ ਅਤੇ ਤਕਰੀਬਨ ਮੈਂ 6-7 ਸਾਲ ਪਹਿਲਾਂ ਆਇਆ ਸੀ ਅਤੇ ਹੁਣ ਮੈਂ ਜੋਤ ਹੋਣਾ ਦੱਸਣ ਦਿਆ ਸੀ ਵੀ ਸ਼ੋਰ ਨਹੀਂ ਹੈਗਾ ਮੈਂ ਵੀ ਜਿਹੜਾ ਮੁਕਤਸਰ ਗੁਰਦੁਆਰਾ ਸਾਹਿਬ ਦਾ ਸਰੋਵਰ ਆ ਨਾ ਇਹ ਵੀ ਬਹੁਤ ਵੱਡਾ ਵਾ ਤਰਨ ਤਾਰਨ ਗੁਰਦੁਆਰਾ ਸਾਹਿਬ ਦਾ ਤਾਂ ਪਹਿਲੇ ਨੰਬਰ 'ਤੇ ਆਉਂਦਾ ਵਾ ਇਹਦਾ ਸ਼ਾਇਦ ਦੂਸਰੇ ਨੰਬਰ 'ਤੇ ਆਉਂਦਾ ਸ਼ੋਰ ਨਹੀਂ ਹੈਗਾ ਜੇ ਤੁਹਾਨੂੰ ਪਤਾ ਹੋਵੇ ਕਮੈਂਟ ਵਿੱਚ ਦੱਸ ਦਿਓ ਅਤੇ ਉਹ ਦਰਖਤ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਨਾ ਭਾਅ ਜੀ ਹੈ ਨਾ ਠੀਕ ਹੈ 40-40 ਮੁਕਤਿਆਂ ਦਾ ਗੁਰੂ ਘਰ ਆ ਹੈ ਨਾ ਇੱਥੇ ਉਹਨਾਂ ਨੇ ਬਦਾਵਾ ਪਾੜਿਆ ਸੀ ਠੀਕ ਹੈ ਠੀਕ ਆ ਕਿੱਥੇ ਅੱਛਾ 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 ਸਹੀ ਆ ਹੈ ਜੋ ਵਾ ਤੂੰ ਸਰੋਵਰ ਵੇਖ ਕਿੰਨਾ ਵੱਡਾ ਨਾ ਯਾਰ ਮੈਂ ਸ਼ੋਰ ਤਾਂ ਨਹੀਂ ਹੈਗਾ ਵੀ ਤਰਨ ਤਾਰਨ ਦਾ ਪਹਿਲੇ ਨੰਬਰ ਤੇ ਤਾਂ ਆਉਂਦੇ ਆ ਆਹੋ ਵੀ ਪਰ ਇਹ ਵੀ ਬਹੁਤ ਵੱਡਾ ਸਰੋਵਰ ਆ ਦੂਜੇ ਤੀਜੇ ਤੇ ਇੱਕ ਹੈਗਾ ਬਸ ਤਿੰਨਾਂ ਦੇ ਸਹੀ ਹੈ ਸਹੀ ਠੰਡੀ ਜਗ੍ਹਾ ਕਰਕੇ ਬਣਾਏ ਹੋਣਗੇ ਅਮਾ ਠੰਡੀ ਜਗ੍ਹਾ ਕਰਕੇ ਕਿੱਥੇ ਆ ਅੱਛਾ 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 ਯਾਰ ਮੈਨੂੰ ਜ਼ੂਮ ਕਰਕੇ ਦਿਖਾ ਦਿੰਦਾ ਆ ਵੇ ਕਿੰਨੇ ਆਲਣੇ ਬਣਾਏ ਹੋਏ ਆ ਜਿਹੜੀਆਂ ਨੇ ਸਹੀ ਹੈ ਯਾਰ ਉਹਨਾਂ ਦੀ ਵੀ ਗੁਰੂ ਘਰੇ ਜਗ੍ਹਾ ਬਣ ਗਈ ਆ ਉਹਨਾਂ ਨੂੰ ਅਗਲੇ ਜਨਮ ਦੇ ਵਿੱਚ ਪਰਮਾਤਮਾ ਨੇ ਜੂਨੀ ਤੋਂ ਮੁਕਤ ਕਰ ਦੇਣਾ ਅਤੇ ਜਿਹੜੇ ਕੁਛ ਲੋਕ ਪਾਪ ਕਰਦੇ ਆ ਉਹਨਾਂ ਨੂੰ ਜੂਨੀ ਪਾ ਦੇਣਾ ਮੈਂ ਸਮਝਦੇ ਹੋਣਗੇ ਮੈਂ ਜਿਨ੍ਹਾਂ ਉੱਤੇ ਫਰੇਮ ਰੱਖਿਆ ਵਾ ਆਪਣੇ ਉੱਤੇ ਵੀ ਮਾਰਨਾ ਆਪਣੇ ਉੱਪਰ ਵੀ ਮਾਰ ਹੈ ਆਪਣੇ ਉੱਪਰ ਵੀ ਕੈਮਰਾ ਕਿਉਂ ਜੱਗੇ ਹੈਨਾ ਵਾਹਿਗੁਰੂ 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 ਇਹਦੇ ਬੜੇ ਸਾਰੇ ਪਾਪ ਆ ਜੀ ਮੈਂ ਹੁਣ ਗੁਰੂ ਘਰੇ ਨਹੀਂ ਦੱਸਣੇ ਪਰ ਮੈਂ ਤੁਹਾਨੂੰ ਦੱਸੂੰਗਾ ਜ਼ਰੂਰ ਦੱਸੂੰਗਾ ਸਮਾਂ ਆਉਣ 'ਤੇ ਅਤੇ 40 ਮੁਕਤਿਆਂ ਦੇ ਨਾਮ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ
ਦੇਖੋ ਯਾਰ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਨਾ, ਅਤੇ ਪਾਣੀ ਵਿੱਚ ਲਿਸ਼ਕੋਰ ਪੈ ਰਹੀ ਸੂਰਜ ਦੀ, ਤੁਹਾਨੂੰ ਪਤਾ ਨਹੀਂ ਚੰਗੀ ਤਰ੍ਹਾਂ ਦਿਖ ਰਿਹਾ ਕਿ ਨਹੀਂ, ਆਹ ਦੇਖੋ ਅਤੇ ਜੋ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਉਹ ਨਜ਼ਾਰਾ ਵੱਖਰਾ ਹੀ ਆ। ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਇਹ ਦੁਆ ਕਰਦਾ ਵਾਂ ਹਰੇਕ ਦੀ ਮਨੋਕਾਮਨਾ ਪੂਰੀ ਹੋਵੇ, ਹਰੇਕ ਨੂੰ ਵਿੱਦਿਆ ਪੜ੍ਹਾਈ ਆਵੇ, ਅਤੇ ਹਰ ਇੱਕ ਬੰਦੇ ਕੋਲ ਧੰਨ ਦੌਲਤ ਆਵੇ, ਤੰਦਰੁਸਤੀ ਰਹੇ, ਅਤੇ ਕਿਹਨੂੰ ਜੋਤ ਨੂੰ ਪਰਮਾਤਮਾ ਇਹਨੂੰ ਵੀ ਸਭ ਕੁਝ ਦੇਵੇ, ਤੈਨੂੰ ਵੀ ਸਭ ਕੁਝ ਦੇਵੇ, ਤੈਨੂੰ ਵੀ ਮੱਤ ਬੁੱਧੀ ਦੇਵੇ। ਹਾਂ ਮੰਦ ਬੁੱਧੀ ਨਹੀਂ ਮੱਤ ਬੁੱਧੀ ਚੰਦਰ। ਅੱਛਾ ਯਾਰ ਮੈਂ ਗੱਲ ਕਰਦਾ ਸੀ, ਪਾਣੀ ਵੇਖਿਓ ਨਾ ਇਹ ਕਿੰਨਾ ਸੋਹਣਾ ਲੱਗਦਾ, ਕਿੰਨਾ ਸੋਹਣਾ ਲੱਗਦਾ, ਗੁਰੂ ਘਰ ਤੋਂ ਹੁੰਦਾ ਹੀ ਸੋਹਣਾ ਵਾ। ਖੈਰ ਗੱਲਾਂ ਦੀਆਂ ਗੱਲਾਂ, ਗਰਮੀ ਬਹੁਤ ਆ, ਕੀ ਕਹਿੰਦੇ ਮੇਰੇ ਬਾਰੇ ਗਲਤ ਬੋਲੇ ਤੁਸੀਂ, ਉਹ ਤੂੰ ਦੋਵੇਂ ਛੋਟ ਪਾ ਦੀ, ਠੀਕ ਆ ਦੋਵੇਂ ਛੋਟ ਪਾ ਦੀ, ਕੋਈ ਚੱਕਰ ਨਹੀਂ ਗਾ। ਅਤੇ ਆਹ ਹੈਗਾ ਜੀ ਜਗਮੀਤ ਦਾ ਭਰਾ ਹਰਮਨ, ਹਰਮਨ ਇੱਧਰ ਦੇਖ, ਪਰ ਸਤਿ ਸ਼੍ਰੀ ਅਕਾਲ ਲੱਗਦੀ ਹੁੰਦੀ ਲੋਕਾਂ ਨੂੰ, ਠੀਕ ਆ। ਇਹ ਲਿਖਿਆ ਜੀ ਮਾਤਾ ਭਾਗ ਕੌਰ ਜੀ ਦਾ ਇਤਿਹਾਸ, ਅਤੇ ਤੁਸੀਂ ਵੀਡੀਓ ਰੋਕ ਕੇ ਵੀ ਪੜ੍ਹ ਸਕਦੇ ਹੋ। ਲਓ ਜੀ ਆਹ ਦਰਖਤ ਸੀਗਾ, ਉਹ ਸਾਹਮਣੇ ਲਿਖਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਆਪਣਾ, ਇਸ ਵਣ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ, ਅਤੇ ਅਜੇ ਵੀ ਦੇਖ ਲਓ ਹੈ ਨਾ, ਉਹ ਬੁੱਢਾ ਹੋ ਗਿਆ ਨਾ, ਤਾਂ ਹੀ ਸਹਾਰੇ ਦਿੱਤੇ ਹੋਏ ਆ। ਅਤੇ ਬਾਈ ਆਹ ਸਾਹਮਣੇ ਬਿਲਕੁਲ ਇਤਿਹਾਸ ਲਿਖਿਆ ਹੋਇਆ, ਇਹਨੂੰ ਪਾਊਜ਼ ਕਰਕੇ ਤਸੱਲੀ ਨਾਲ ਪੜ੍ਹ ਲਿਓ ਤੁਸੀਂ। ਚਲੋ ਜੀ ਆਪਾਂ ਦਰਸ਼ਨ ਕਰ ਲਏ ਆ, ਅਤੇ ਹੁਣ ਆਪਾਂ ਚੱਲੀਏ ਘਰਾਂ ਨੂੰ ਵਾਪਸ। ਸਮਾਂ ਹੋ ਚੁੱਕਾ ਵਾ ਤਕਰੀਬਨ ਸ਼ਾਮ ਦੇ 5:23, ਅਤੇ 2-2.5 ਘੰਟੇ 3 ਘੰਟੇ ਮੰਨ ਕੇ ਚਲੋ ਆਪਾਂ ਨੂੰ ਘਰ ਪਹੁੰਚਦੇ ਲੱਗਣੇ ਆ, ਅਤੇ ਹੁਣ ਆਪਾਂ ਸਾਰਿਆਂ ਨੂੰ ਅਲਵਿਦਾ ਕਰੀਏ ਅਤੇ ਚੱਲੀਏ। ਕੀ ਕਹਿਣਾ ਚਾਹੁੰਦਾ ਭਾਈ? ਨਹੀਂ ਰਹਿ ਜਾਗਾ ਤੂੰ? ਅੱਛਾ ਨਹੀਂ ਫੋਨ ਬਾਬਾ, ਚੱਲ ਚੱਲੀਏ, ਠੀਕ ਆ ਭਾਜੀ ਇਹਦਾ ਦੇਖੋ ਚੰਗਾ ਭਾਜੀ, ਓਕੇ ਜਨਾਬ, ਠੀਕ ਆ ਭਾਜੀ ਸ਼ੁਕਰੀਆ, ਤੇ ਚੰਗਾ ਆਂਟੀ ਜੀ ਹੁਣ ਅਸੀਂ ਚੱਲੀਏ, ਹੁਣ ਤੁਸੀਂ ਆਉਣਾ ਵਾ ਭਾਜੀ, ਮੈਂ ਔਨ ਰਿਕਾਰਡਿੰਗ ਕਰ ਰਿਹਾ ਵਾਂ, ਹੈ ਦੇਖ ਲਓ ਇਹ ਕਲਿੱਪ ਕੱਟ ਕੱਟ ਕੇ ਭੇਜਿਆ ਕਰੂੰਗਾ ਮੈਂ। ਕਿੰਨੀ ਦੇਰ 'ਚ ਆਊਂਗੇ? 2 ਮਹੀਨੇ ਤੱਕ। ਪੱਕਾ? ਪੱਕਾ। 2 ਮਹੀਨੇ ਤਾਂ ਬਾਹਲੀ ਜ਼ਿਆਦਾ ਆ। ਨਹੀਂ ਨਹੀਂ 2 ਮਹੀਨੇ, ਇੱਦਾਂ ਨਾ ਕਰੋ ਭਾਜੀ, ਜੁਲਾਈ 'ਚ ਨਾ, ਚਲੋ ਠੀਕ ਆ, ਜੁਲਾਈ ਵਾਲੇ ਮਹੀਨੇ 'ਚ ਹੈ, ਜੁਲਾਈ ਦੀ 1 ਤਰੀਕ ਨੂੰ ਕਲਿੱਪ ਭੇਜ ਦੂੰਗਾ ਕੱਟ ਕੇ। ਸਾਲ ਨਹੀਂ ਦੱਸਿਆ ਕਿ ਜੁਲਾਈ ਮਹੀਨਾ ਦੱਸਿਆ? ਜੁਲਾਈ ਹੈ। ਅੱਛਾ ਜੀ ਦੱਸੋ ਇਸੇ ਸਾਲ? ਇਸੇ ਸਾਲ ਹੀ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਫਰੀਦਕੋਟ, ਅਤੇ ਆਪਾਂ ਨੂੰ ਤੁਰਿਆਂ ਨੂੰ ਕੋਈ 1 ਘੰਟਾ ਹੋ ਚੁੱਕਾ ਵਾ, ਅਤੇ ਇੱਥੋਂ ਖੱਬੇ ਉਹਨੂੰ ਖੱਬੇ ਹੋ ਜਾਂਦਾ ਮਾੜਾ ਜਿਹਾ, ਖੜ੍ਹ ਜਾਓ ਮਾੜਾ ਜਿਹਾ ਬਾਈ, ਗਲਤੀ ਲੱਗ ਗਈ ਆਪਾਂ ਨੂੰ, ਆਪਾਂ ਪਹੁੰਚੇ ਕੋਟਕਪੂਰੇ, ਮੈਨੂੰ ਜਗ੍ਹਾ ਦੇਖ ਕੇ ਯਾਦ ਆ ਗਿਆ ਵੀ ਇਹ ਕੋਟਕਪੂਰਾ ਵਾ, ਫਰੀਦਕੋਟ ਰੋਡ ਆ, ਸੋਰੀ ਮਾਈ ਮਿਸਟੇਕ ਬਾਈ। ਸਾਡਾ ਐਮ ਪੀ ਕਰਮਜੀਤ ਅਨਮੋੜ ਮੇਰੇ ਹਿਸਾਬ ਨਾਲ ਜੋ ਤਾਂ ਇੱਥੋਂ ਦਾ ਆ ਨਾ, ਇੱਥੇ ਖਲੋਤਾ ਹੋਣਾ ਉਹ ਹੈ ਨਾ ਬਾਈ, ਪਤਾ ਨਹੀਂ ਦੱਸਿਓ ਤੁਸੀਂ ਵੀ ਇੱਥੇ ਖਲੋਤਾ ਵਾ ਉਹ, ਅਤੇ ਉੱਧਰ ਠੇਕਾ ਸ਼ਰਾਬ ਅਤੇ ਥੱਲੇ ਦਵਾਈਆਂ, ਹੈ ਨਾ, ਠੇਕਾ ਕਿੱਥੇ ਆ ਫੇ?
ਠੀਕ ਕੇ ਬੰਦੇ ਨਹੀਂ ਤੇ ਉਹ ਸਾਹਮਣੇ ਬਿਲਬੋਰਡ ਆ ਜੀ ਆ ਬਿਲਕੁਲ ਕਾਰਨਰ ਨਹੀਂ 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 ਯੂ ਐਸ ਚ ਕਿਹੜਾ ਵਾ ਟਾਈਮ ਸਕੁਅਰ ਆ ਨਾ ਘਰੇ ਟਾਈਮ ਸਕੁਅਰ ਆ ਜੀ ਟਾਈਮ ਸਕੁਅਰ ਉਹ ਟਾਈਮ ਸਕੁਅਰ ਸੋਰੀ ਕੋਟਕਪੂਰਾ ਸਕੁਅਰ ਕੋਟਕਪੂਰਾ ਸਕੁਅਰ ਸੱਚ ਖਾਸਮ ਖਾਸ ਗੱਲ ਦੱਸਣੀ ਤੁਹਾਨੂੰ ਭੁੱਲ ਗਿਆ ਬਾਈ ਕੋਟਕਪੂਰੇ ਵਿੱਚ ਟੋਡਾ ਬਹੁਤ ਫੇਮਸ ਆ ਅੱਜ ਤੋਂ 10 ਸਾਲ ਪਹਿਲਾਂ ਜਦੋਂ ਡੈਡੀ ਹੋਣੀ ਇੱਧਰ ਦੀ ਕਿਤੇ ਲੰਘਦੇ ਲੁੰਘਦੇ ਹੁੰਦੇ ਸੀਗੇ ਉਹ ਘਰੇ ਲੈ ਕੇ ਆਉਂਦੇ ਹੁੰਦੇ ਸੀ ਬਹੁਤ ਟਾਈਮ ਹੋ ਗਿਆ ਇੱਧਰ ਸਾਹਮਣੇ ਗਏ ਆ ਮੰਮੀ ਪਰ ਮੈਨੂੰ ਦੁਕਾਨ ਯਾਦ ਸੀਗੀ ਮੈਂ ਕਿਹਾ ਯਾਰ ਇੱਥੇ ਇੱਦਾਂ ਮੋੜ ਮਾੜ ਜਿਹਾ ਮੁੜ ਕੇ ਕਿਤੇ ਹੁੰਦੀ ਆ ਦੁਕਾਨ ਇਹਨਾਂ ਦੀ ਲਿਖਿਆ ਹੁੰਦਾ ਪਰ ਕੁਦਰਤੀ ਨਿਗਾਹ ਪੈ ਗਈ ਮੈਂ ਕਿਹਾ ਲੈ ਕੇ ਆਓ ਆਪਾਂ ਟੇਸਟ ਕਰਨਾ ਹੀ ਕਰਨਾ ਵਾ ਸਹੀ ਆ ਬਾਕੀ ਗੱਡੀ ਮੈਂ ਬਹੁਤ ਜ਼ਿਆਦਾ ਗਲਤ ਜਗ੍ਹਾ 'ਤੇ ਖੜੀ ਕੀਤੀ ਆ ਇਹਦੇ ਵਿੱਚ ਮੈਂ ਮਾਫ਼ੀ ਚਾਹੁੰਦਾ ਵਾਂ ਮੈਨੂੰ ਮਾਫ਼ ਕਰ ਦਿਓ ਮੈਨੂੰ ਕਿਸੇ ਹਾਲ ਵਿੱਚ ਵੀ ਮਾਫ਼ ਕਰ ਦਿਓ ਮੰਮੀ ਹੁਣੀ ਸੌਦਾ ਲੈ ਕੇ ਆਏ ਨੇ ਮੰਮੀ ਕੀ ਰੁਪਈਏ ਮਿਲਿਆ 560 ਕਿਲੋ ਬਾਈ ਬਹੁਤ ਮਹਿੰਗਾ ਵਾ ਬਹੁਤ ਮਹਿੰਗਾ ਵਾ ਹਾਂਜੀ ਬਾਈ ਕਿੱਦਾਂ ਜੀ ਮੈਂ ਬਾਈਆਂ ਨੂੰ ਵਲੌਗ 'ਚ ਲੈ ਲਈਏ ਉਹ ਥੈਂਕ ਯੂ ਯਾਰ ਬਾਈ ਹੋਰ ਮੇਰਾ ਭਰਾ ਕਿੱਦਾਂ ਹਾਲ ਚਾਲ ਠੀਕ ਠਾਕ ਹੋ ਤੁਸੀਂ ਬਾਈ ਬੜਾ ਸਵਾਦ ਆ ਸੇਮ ਦੇ ਦਿਓ ਮਾੜਾ ਜਿਹਾ ਅੱਗੇ ਵੀ ਦੇਖ ਲਾ ਮਾਮਾ ਮਾਲਾ ਨੂੰ ਇਹ ਆ ਸਾਰਾ ਢੋਡਾ ਨਾ ਕਿਤੇ ਖਾ ਜੇ ਪਰ ਬੜਾ ਸਵਾਦ ਆ ਵੱਖਰੀ ਜਿਹੀ ਚੀਜ਼ ਹੀ ਆ ਬਾਕੀ ਜੇ ਤੁਸੀਂ ਕੋਈ ਹੋਰ ਸਪੈਸ਼ਲ ਦੁਕਾਨ ਹੋਏ ਤਾਂ ਦੱਸ ਦਿਓ ਆਉਂਦੇ ਜਾਂਦੇ ਫਿਰ ਫੜ ਲਾਂਗੇ ਜੋ ਡਰਾਈ ਫਰੂਟ ਬਣਿਆ ਵਾ ਲਿਆ ਬਾਈ ਫਰੀਦਕੋਟ ਇੱਥੋਂ 12 ਕਿਲੋਮੀਟਰ ਆ ਫਿਰੋਜ਼ਪੁਰ ਇੱਥੋਂ 43 ਕਿਲੋਮੀਟਰ ਆ ਅਤੇ ਆਹ 38 ਕਿਲੋਮੀਟਰ ਤਲਵੰਡੀ ਭਾਈ ਸ਼੍ਰੀ ਅੰਮ੍ਰਿਤਸਰ 138 ਕਿਲੋਮੀਟਰ ਅਤੇ ਇੱਧਰ ਮੰਮੀ ਹੋਣਾਂ ਸਾਨੂੰ ਟੋਡਾ ਖਵਾਇਆ ਸੀ ਮੰਮੀ ਹੋਣਾਂ ਦਾ ਹੱਥ ਲਿਬੜ ਗਿਆ ਸੀ ਮੈਂ ਕਿਹਾ ਜੇਕਰ ਤੁਸੀਂ ਸਾਨੂੰ ਟੋਡਾ ਖਵਾਇਆ ਦਿਲੋਂ ਅਸੀਂ ਵੀ ਤੁਹਾਡੇ ਹੱਥ ਤੋਂ ਆਵਾਂਗੇ ਦਿਲੋਂ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦੇਵਾਂਗੇ ਅਗਰ ਵੱਖਰੇ ਤੁਸੀਂ ਸਾਨੂੰ ਟੋਡਾ ਇੰਨਾ ਦਿੱਤਾ ਪਰ ਅਸੀਂ ਤੁਹਾਡੀ ਸੇਵਾ ਵਿੱਚ ਕੋਈ ਕਮੀ ਨਹੀਂ ਰਹਿਣਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਨਵੇਂ ਆ ਰਹੇ ਆ ਮੇਰੇ ਵੀਰ ਭਰਾ ਤੇ ਬਾਈ ਇੱਕ ਖਾਸਮ ਖਾਸ ਗੱਲ ਤੁਹਾਨੂੰ ਕਹਿਣੀ ਆ ਉਹ ਇਦਾਂ ਵਾ ਕਿ ਇੱਕ ਪੰਜਾਬੀ ਸੀਰੀਜ਼ ਆ ਬਾਈ ਸਿਜ਼ ਐਸ ਆਈ ਜ਼ੈਡ ਸਟੂਡੈਂਟ ਆਜ਼ਾਦ ਬਾਈ ਆਹ ਭਰਾ ਨੇ ਮਿਹਨਤ ਬਹੁਤ ਕੀਤੀ ਆ ਖੁਦ ਹੀ ਡਾਇਰੈਕਟਰ ਸੀ ਬਾਈ ਖੁਦ ਹੀ ਲਿਖਣ ਵਾਲਾ ਸੀਗਾ ਅਤੇ ਖੁਦ ਹੀ ਬਾਈ ਨੇ ਸ਼ੂਟ ਕੀਤੀ ਆ ਅਤੇ ਬਹੁਤ ਮਿਹਨਤ ਨਾਲ ਕੈਨੇਡਾ 'ਚ ਸ਼ੂਟ ਹੋਈ ਆ ਸਟੂਡੈਂਟਾਂ ਉੱਤੇ ਆ ਜਿਹੜੇ ਆਪਣੇ ਸਟੂਡੈਂਟ ਬਾਹਰ ਜਾਂਦੇ ਆ ਅਤੇ ਉਹਨਾਂ ਨਾਲ ਕੀ ਕੋਈ ਹੁੰਦਾ ਮੈਂ ਸਾਰੀ ਸੀਰੀਜ਼ ਦੇਖੀ ਆ 5ਵੇਂ ਐਪੀਸੋਡ 'ਤੇ ਪਹੁੰਚ ਗਿਆ ਬਾਈ ਬਹੁਤ ਘੈਂਟ ਮਿਹਨਤ ਕੀਤੀ ਆ ਅਤੇ ਆਪਣਾ ਫਰਜ਼ ਬਣਦਾ ਵਾ ਕਿਸੇ ਨੂੰ ਐਪਰੀਸ਼ੀਏਟ ਕਰਨਾ ਅਤੇ ਜ਼ਰੂਰ ਜਾ ਕੇ ਦੇਖਿਓ ਇੱਕ ਵਾਰੀ ਹੈ ਨਾ ਜੋਤ ਅਤੇ ਜੋਤ ਵੀ ਜੋਤ ਕਿਹੜੇ ਐਪੀਸੋਡ 'ਤੇ ਪਹੁੰਚ ਗਿਆ ਮੈਂ ਚੌਥੇ 'ਤੇ ਪਹੁੰਚ ਗਿਆ ਸਹੀ ਆ ਬਾਈ ਬਾਈ ਜ਼ਰੂਰ ਦੇਖਿਓ ਬਾਈ ਬਹੁਤ ਘੈਂਟ ਅਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੰਦੇ ਨੇ ਅਤੇ ਠੀਕ ਆ ਜੀ ਮਿਲਦੇ ਹਾਂ ਜਲਦੀ ਕਿਸੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾਂ